ਲੋਕਾਂ ਦੀ ਬਖਸ਼ਿਸ਼ ਹੈ। ਇਸ ਕੰਮ ਲਈ ਚੁਣਿਆ ਸੀ, ਜਿੱਥੇ ਉੱਥੇ ਡਿਊਟੀ ਨਿਭਾਈ ਹੈ ਉੱਥੇ ਪੁਰਖਿਆਂ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਖੜਾ ਕੇ ਖੜ ਗਏ ਹਾਂ ਜਦੋਂ ਲੋੜ ਪਈ ਹੈ। ਔਰ ਮੈਂ ਇੱਕ ਆਮ ਇਨਸਾਨ, ਇੱਕ ਕੋਸ਼ਿਸ਼ ਦਾ ਬੰਦਾ, ਇਹ ਗੁਰੂ ਨੇ ਮਦਦ ਬਖਸ਼ੀ ਹੈ, ਇੱਥੋਂ ਦੇ ਇੱਕ ਇੱਕ ਜਰਾ ਦੇ ਵਸਨੀਕ ਨੇ ਮਦਦ ਬਖਸ਼ੀ ਹੈ, ਪੰਜਾਬ ਨੇ, ਪੰਜਾਬੀਅਤ ਨੇ, ਇਸ ਗੁਰੂਆਂ ਦੀ ਸਿੱਖਿਆਵਾਂ ਨੇ, ਸਾਡੇ ਪੁਰਖਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਉਹੀ ਸਾਨੂੰ ਚੱਕ ਕੇ ਲੈ ਗਈਆਂ ਉੱਥੇ। ਚਲੋ ਪਰਮਾਤਮਾ ਦਾ ਬਖਸ਼ਿਸ਼ ਹੈ ਕਿ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ, ਪਰ ਉਹ ਮੰਦਰ ਇੱਕ ਅੱਤਵਾਦ ਦਾ ਹਮਲਾ ਹੀ ਸੀ। ਪਰ ਚਲੋ ਖੈਰ, ਪਰਮਾਤਮਾ ਸਭਨਾਂ ਦਾ ਭਲਾ ਕਰੇ। ਮੈਂ ਸਮਝਦਾ ਹਾਂ ਇਹ ਸਾਨੂੰ ਮਾਣ ਆ ਕਿ ਮੈਂ ਇਸ ਧਰਤੀ 'ਤੇ ਪੈਦਾ ਹੋਇਆ, ਔਰ ਮਾਣ ਆ ਕਿ ਇਹਨਾਂ ਲੋਕਾਂ ਦੀ ਪਿਆਰ ਸਦਕਾ ਇਹ ਹਿੰਮਤ ਆ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਜੁੰਝਣ ਲਈ ਬਣੇ ਹਾਂ। ਔਰ ਇਹ ਪੁਰਾਣਾ ਇਤਿਹਾਸ ਹੈ, ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ, ਪੁਰਾਣਾ ਇਤਿਹਾਸ ਹੈ ਸਾਡਾ। ਅਸੀਂ ਹਮੇਸ਼ਾ ਡੱਟ ਕੇ ਖੜ੍ਹੇ ਹਾਂ, ਦੇਸ਼ ਨਹੀਂ ਕੌਮ ਲਈ ਹਮੇਸ਼ਾ ਸਾਡਾ ਕਤਰਾ ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜ੍ਹੇ ਹਾਂ, ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਹਾਂ, ਇਸ ਧਰਤੀ ਦੇ ਰਿਣੀ, ਇਸ ਪੰਜਾਬ ਦੇ ਰਿਣੀ ਹਾਂ, ਔਰ ਮੈਂ ਅੰਮ੍ਰਿਤਸਰ ਦਾ ਰਿਣੀ ਹਾਂ ਕਿ ਜਿਨ੍ਹਾਂ ਨੇ ਮੇਰੇ 'ਤੇ ਹਮੇਸ਼ਾ ਯਕੀਨ ਕੀਤਾ। ਅਤੇ ਮੈਂ ਸਭਨਾਂ ਦਾ ਧੰਨਵਾਦ ਕਰਦਾ ਕੋਟਨ ਕੋਟਨ, ਕਿਉਂਕਿ ਪਿਛਲੇ 3-4 ਦਿਨਾਂ ਤੋਂ ਅਸੀਂ ਜਿਹੜਾ ਵੇਖਿਆ ਪਿਆਰ ਮੈਂ ਦੇਣ ਨਹੀਂ ਦੇ ਸਕਦਾ, ਔਰ ਇਹ ਤੁਹਾਡਾ ਸਭਨਾਂ ਦਾ ਮਾਣ ਆ, ਇਹ ਅੰਮ੍ਰਿਤਸਰ ਵਾਸੀ ਹੋ, ਤੁਹਾਡਾ ਲੱਖ ਲੱਖ ਸ਼ੁਕਰੀਆ, ਲੱਖ ਲੱਖ ਧੰਨਵਾਦ। ਅੱਜ ਔਜਲਾ ਸਾਹਿਬ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਫੜਿਆ ਔਰ ਜਿਹੜਾ ਬੰਬ ਫੜਿਆ, ਮੈਂ ਦਿਨੇਸ਼ ਬੱਸੀ, ਸਾਬਕਾ ਚੇਅਰਮੈਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, ਅੱਜ ਅੰਮ੍ਰਿਤਸਰ ਦਾ ਇੱਕ ਬਹੁਤ ਨਾਮ ਉਹਨਾਂ ਨੇ ਰੋਸ਼ਨ ਕੀਤਾ, ਔਰ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਯੋਧਾ ਪੈਦੇ ਹੁੰਦੇ ਨੇ। ਔਰ ਔਜਲਾ ਸਾਹਿਬ ਨੇ ਸਾਡੇ ਅੰਮ੍ਰਿਤਸਰੀਆਂ ਦਾ ਅੱਜ MP ਹੋਣ ਦੇ ਨਾਤੇ ਇੱਕ ਅੰਮ੍ਰਿਤਸਰੀਆਂ ਦਾ ਨਾਮ ਜਿਹੜਾ ਬਹੁਤ ਰੋਸ਼ਨ ਕੀਤਾ, ਤਾਂ ਮੈਂ ਸਮਝਦਾ ਕਿ ਅਸੀਂ ਸਾਰੇ ਅੰਮ੍ਰਿਤਸਰ ਵਾਸੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਔਰ ਅੰਮ੍ਰਿਤਸਰ ਦੇ ਲੋਕ ਅੱਜ ਇੰਨੇ ਖੁਸ਼ ਨੇ, ਦੇਖੋ ਸਾਰੇ ਕਾਂਗਰਸ ਵਾਲੇ ਦੂਜੀਆਂ ਪਾਰਟੀਆਂ ਵਾਲੇ ਵੀ ਕਿ ਅੱਜ ਇਕੱਠੇ ਹੋ ਕੇ ਇੱਥੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਆਏ ਹਾਂ। ਅਸੀਂ ਸਾਰੇ ਡੱਟ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ, ਔਰ ਔਜਲਾ ਸਾਹਿਬ ਪਰਮਾਤਮਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਸਾਡੇ ਅੰਮ੍ਰਿਤਸਰ ਦੀ ਰਹਿਨਮਾਈ ਕਰਨ, ਅਸੀਂ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ।